ਅਚਰਜ ਤੇਰੀ ਕੁਦਰ ਤੇਰੇ ਕਦਮ ਸਲਾ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਫ ਮੋਡਿਊਲ 8 ਕਹਨ ਨਾ ਜਾਈ ਅਚਰਜ ਬਿਸਮਾਦ। ਅਸੀਂ ਹੁਣ ਤੱਕ ਬਹੁਤ ਸਾਰੇ ਪਾਠਸ ਦੇ ਵਿਚਕਾਰ ਇੱਕ ਲੰਬੀ ਡਿਸਕਸ਼ਨ ਇਸ ਟੋਪਿਕ 'ਤੇ ਕਵਰ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਲਾਸਟ ਐਂਡ ਕੰਕਲੂਡਿੰਗ ਪਾਰਟ, ਜੋ ਕਿ ਰਿਲੇਟਿਡ ਹੈ ਪਰਮਾਤਮਾ ਨਾਲ ਜੁੜੇ ਰਹੱਸਿਆਂ ਦੇ ਬਾਰੇ। ਅਤੇ ਆਓ ਦੇਖੀਏ ਫਾਈਨਲੀ ਗੁਰੂ ਸਾਹਿਬਾਨ ਸਾਨੂੰ ਕੀ ਸੰਦੇਸ਼ ਦੇ ਰਹੇ ਹਨ। ਤਾਂ ਜੀਤ ਸਰ, ਇਹ ਮੈਨੂੰ ਇੱਕ ਮਿਸਟਰੀ ਜਿਹੀ ਲੱਗਦੀ ਹੈ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਰੱਬ ਅਨਕੰਡੀਸ਼ਨਲ ਪਿਆਰ ਦਿੰਦਾ, ਹਾਂਜੀ, ਬਟ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਸਾਨੂੰ ਸਾਡੇ ਕਰਮਾਂ ਤੋਂ ਜੱਜ ਕਰਦਾ। ਇਹ ਵੀ ਗੱਲ ਠੀਕ ਹੈ। ਇਹ ਥੋੜ੍ਹੀ ਜਿਹੀ ਕੌਂਟਰਡਿਕਟਰੀ ਗੱਲ ਨਹੀਂ ਹੈਗੀ? ਇਹ ਨਾ ਇੱਕ ਬਹੁਤ ਹੀ ਤੁਸੀਂ ਇੰਟਰਸਟਿੰਗ ਔਰ ਬਹੁਤ ਸੋਹਣਾ ਸਵਾਲ ਪੁੱਛਿਆ। ਇਹੀ ਗੱਲ ਹੈ ਕਿ ਜਦੋਂ ਅਸੀਂ ਮਿਸਟਰੀਜ਼ ਨਾਲ ਡੀਲ ਕਰਦੇ ਹਾਂ ਤਾਂ ਕਿੱਥੇ ਇਹ ਮਿਸਟਰੀ ਸਾਡੇ ਰਸਤੇ 'ਚ ਰੋੜਾ ਨਾ ਬਣ ਜਾਣ, ਅਤੇ ਸਾਨੂੰ ਇਹਨਾਂ 'ਤੇ ਬਹੁਤ ਜ਼ਿਆਦਾ ਕਲੈਰਿਟੀ ਦੀ ਲੋੜ ਹੈ। ਅਤੇ ਅੱਛਾ ਹੈ ਕਿ ਤੁਸੀਂ ਇਸ ਲੈਵਲ 'ਤੇ ਆ ਕੇ ਇਸ ਕੁਐਸਚਨ ਨੂੰ ਰੇਜ਼ ਕਰ ਲਿਆ। ਆਓ ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਡਿਸਕਸ ਕਰਦੇ ਹਾਂ। ਪਹਿਲੀ, ਜਦੋਂ ਅਨਕੰਡੀਸ਼ਨਲ ਲਵ ਦੀ ਗੱਲ ਆਉਂਦੀ ਹੈ ਅਤੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੇ ਨਿਯਮ ਬਣਾਏ ਨੇ ਔਰ ਉਸ ਤੋਂ ਬਾਅਦ ਉਹਦੀ ਦੇਖਭਾਲ ਲਈ ਜੋ ਵੀ ਕਰਨਾ ਸੀ, ਲਿਖਣਾਵੇਂ ਧਰਮ ਬਹਾਲਿਆ, ਇੱਕ ਧਰਮ ਵੀ ਬਹਾਲ ਕੇ ਮਨੁੱਖ ਭੇਜ ਦਿੱਤੇ, ਜੀਵ ਜੰਤੂ ਭੇਜ ਦਿੱਤੇ। ਇੱਕ ਤਾਂ ਬੜੀ ਅਪਾਰ ਕਿਰਪਾ ਮਨੁੱਖਾਂ 'ਤੇ ਹੋਈ ਹੈ ਕਿ ਜੋ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ, ਜਿਵੇਂ ਬਾਣੀ 'ਚ ਸ਼ਬਦ ਆਉਂਦਾ ਹੈ 184 ਮੇਦਨੀ ਸਭ ਸੇਵ ਕਰਨ ਦਾ, ਦਾ 8.4 ਮਿਲੀਅਨ ਸਪੀਸੀਸ ਆਫ ਬੀਂਗਸ ਆਲ ਵਰਕ ਟੂ ਸਰਵ ਮੀ। ਅਤੇ ਦੇਖੋ ਇਸ ਬਾਣੀ ਦੀ ਜੋ ਤੁੱਕ ਹੈ ਉਹਦੇ 'ਚ ਇਹ ਸਪਸ਼ਟ ਕੀਤਾ ਕਿ 184 ਮੇਦਨੀ, ਜਿਹੜੇ 84 ਲੱਖ ਜੀਵ ਨੇ, ਉਹ ਮਨੁੱਖ ਦੀ ਸੇਵਾ 'ਤੇ ਲਾਏ ਹੋਏ ਨੇ। ਇਹਨੂੰ ਅਸੀਂ ਪਹਿਲੇ ਲਾਈਫ ਮੋਡਿਊਲ 1 ਵਿੱਚ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ ਕਿ ਇਹ ਕਿਸ ਤਰ੍ਹਾਂ ਹੁੰਦਾ, ਕਿਹੜੇ ਕਿਹੜੇ ਡਿਫਰੈਂਟ ਸਾਈਕਲਸ ਚੱਲ ਰਹੇ ਨੇ, ਫੂਡ ਸਾਈਕਲ, ਐਨਵਾਇਰਮੈਂਟਲ, ਇਹ ਉਹ ਸਾਰੀਆਂ ਚੀਜ਼ਾਂ ਮਿਲਾ ਕੇ ਅਖੀਰ 'ਚ ਮਨੁੱਖ ਦੀ ਸੇਵਾ 'ਤੇ ਲਾਏ ਨੇ ਤਾਂ ਕਿ ਫਾਈਨਲੀ ਮਨੁੱਖ ਦੇ ਆਉਣ ਤੋਂ ਪਹਿਲਾਂ ਇਹ ਸਾਰਾ ਕੁਝ ਤਿਆਰ ਕੀਤਾ ਗਿਆ, ਪੂਰਾ ਦਾ ਪੂਰੀ ਸ੍ਰਿਸ਼ਟੀ ਤਿਆਰੀ ਸੀ ਕਿ ਤਾਂ ਕਿ ਮਨੁੱਖ ਪਹੁੰਚ ਸਕੇ। ਔਰ ਇੰਨਾ ਇੱਕ ਤਰ੍ਹਾਂ ਦਾ ਪਿਆਰ ਹੈ ਮਨੁੱਖਾਂ ਲਈ, ਵੈਸੇ ਤਾਂ ਸਾਰੇ ਜੀਵਾਂ ਲਈ ਪਰਮਾਤਮਾ ਦਾ ਬਰਾਬਰ ਪਿਆਰ ਹੈ, ਪਰ ਇੱਥੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਇੱਕ ਐਡੀਸ਼ਨਲ ਸਾਨੂੰ ਅਪੋਰਚੁਨਿਟੀ ਵੀ ਮਿਲੀ ਹੈ ਕਿ ਅਸੀਂ ਆਪਣੇ ਆਪ ਨੂੰ ਲਿਬਰੇਟ ਕਰ ਸਕਦੇ ਹਾਂ, ਅਸੀਂ ਵਾਪਸ ਪਰਮਾਤਮਾ ਹੋ ਸਕਦੇ ਹਾਂ। ਅਤੇ ਇਹ ਤਾਂ ਹੋ ਗਿਆ ਇੱਕ ਆਸਪੈਕਟ ਸਾਡਾ। ਹੁਣ ਜੋ ਪਰਮਾਤਮਾ ਨੇ ਨਿਯਮ ਬਣਾਏ ਆ, ਜੋ ਵੀ ਹੈ ਉਹ ਨਿਯਮਾਂ 'ਤੇ ਸਾਨੂੰ, ਜਿਵੇਂ ਕਹਿੰਦੇ ਹਾਂ ਕਿ ਸਾਨੂੰ ਚੱਲਣਾ ਚਾਹੀਦਾ ਹੈ ਜਾਂ ਚੱਲੀਏ ਜਾਂ ਨਾ ਚੱਲੀਏ, ਅਤੇ ਜੋ ਇੱਕ ਪਿਆਰ ਦੀ ਗੱਲ ਹੈ ਉਹ ਅਸੀਂ ਜਿਵੇਂ ਲਾਈਫ ਮੋਡਿਊਲ 5, 6, 7 ਚ ਵੀ ਗੱਲ ਕੀਤਾ ਕਿ ਸਾਰੀ ਖੇਡ ਹੈ ਵੀ ਪਿਆਰ ਦੀ ਹੈ, ਕਿ ਜਦੋਂ ਉਧਰੋਂ ਪਿਆਰ ਹੈ ਤਾਂ ਸਾਨੂੰ ਵੀ ਆਪਣਾ ਪਿਆਰ ਦਿਖਾ ਕੇ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਰਮਾਤਮਾ ਦਾ ਪਿਆਰ ਵੀ ਲੈ ਰਹੇ ਹਾਂ। ਕਿਉਂਕਿ ਪਰਮਾਤਮਾ ਦਾ ਪਿਆਰ ਅਨਕੰਡੀਸ਼ਨਲ ਤਾਂ ਹੈ ਪਰ ਇੰਪੋਜ਼ਡ ਨਹੀਂ ਹੈ, ਉਹ ਤੁਹਾਡੇ 'ਤੇ ਥੋਪਿਆ ਨਹੀਂ ਗਿਆ, ਤੁਸੀਂ ਚਾਹੋ ਤਾਂ ਨਾ ਕਰ ਸਕਦੇ ਹੋ, ਤੁਸੀਂ ਕਹੋ ਮੈਨੂੰ ਨਹੀਂ ਚਾਹੀਦਾ ਤੇਰਾ ਪਿਆਰ, ਅਤੇ ਮੈਂ ਇਸੇ ਰਸਤੇ 'ਤੇ ਜਾਣਾ ਚਾਹੁੰਦਾ, ਮੈਨੂੰ ਜਿੱਥੇ ਤੇਰੇ ਪਿਆਰ ਦੀ ਪਰਵਾਹ ਹੀ ਨਹੀਂ ਹੈ। ਇਹ ਗੱਲ ਥੋੜ੍ਹੀ ਜਿਹੀ ਸੁਣਨ 'ਚ ਅਜੀਬ ਲੱਗਦੀ ਹੈ ਕਿ ਇਹ ਕਿਉਂ ਕਿਹਾ ਜਾ ਰਿਹਾ, ਜਦੋਂ ਅਨਕੰਡੀਸ਼ਨਲ ਹੈ ਫਿਰ ਮੇਰੇ ਕਰਮਾਂ 'ਤੇ ਕਿਉਂ ਜੱਜ ਕੀਤਾ ਜਾ ਰਿਹਾ? ਅਤੇ ਇਹ ਸਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਅਸੀਂ ਇਸ ਚੀਜ਼ ਨੂੰ ਠੀਕ ਤਰ੍ਹਾਂ ਨਾਲ ਸਮਝੀਏ। ਜੀ ਸਰ, ਮੈਨੂੰ ਇਹ ਕਲੀਅਰ ਨਹੀਂ ਹੋਇਆ ਯਾਰ, ਮੈਨੂੰ ਪਲੀਜ਼ ਥੋੜ੍ਹਾ ਐਕਸਪਲੇਨ ਕਰੋ। ਠੀਕ ਕਹਿ ਰਹੇ ਹੋ, ਆਈ ਥਿੰਕ ਥੋੜ੍ਹਾ ਕੋਨਸੈਪਟ ਸਮਝਣ 'ਚ ਕਈ ਵਾਰ ਸਾਨੂੰ ਡਿਫੀਕਲਟੀ ਵੀ ਆਉਂਦੀ ਹੈ, ਅਤੇ ਅਗਰ ਅਸੀਂ ਇੱਕ ਇਗਜ਼ਾਮਪਲ ਲਵਾਂਗੇ ਤਾਂ ਸਾਨੂੰ ਕਲੀਅਰ ਹੋ ਜਾਏਗਾ। ਇਹ ਮੰਨ ਲਓ ਕਿ ਕੋਈ ਮਨੁੱਖ ਹੈ ਜਿਹਨੇ ਤੁਹਾਨੂੰ ਪਿਆਰ ਲਈ ਤੁਹਾਡੇ ਲਈ ਇੱਕ ਕਮਰਾ ਬਣਾਇਆ, ਜਿਵੇਂ ਇਸ ਕਮਰੇ ਦੇ ਅੰਦਰ ਬੈਠੇ ਹਾਂ, ਉਹਨੂੰ ਪਿਆਰ ਆਇਆ, ਉਹਨੇ ਅਨਕੰਡੀਸ਼ਨਲੀ ਤੁਹਾਨੂੰ ਇੱਕ ਰੂਮ ਦਿੱਤਾ, ਅਤੇ ਉਸ ਹੀ ਇਨਸਾਨ ਨੇ ਨਾ ਤੁਹਾਨੂੰ ਤਾਂ ਕਿ ਰੂਮ ਤੋਂ ਬਾਹਰ ਵੀ ਜਾ ਸਕੋ ਇੱਕ ਡੋਰ ਵੀ ਬਣਾ ਦਿੱਤਾ, ਤਾਂ ਕਿ ਤੁਸੀਂ ਜਦੋਂ ਲੋੜ ਪਏ ਬਾਹਰ ਅੰਦਰ ਆ ਜਾ ਸਕੋ। ਹੁਣ ਉਹਦਾ ਇੱਕ ਅਨਕੰਡੀਸ਼ਨਲ ਲਵ ਸੀ ਜਿਹਨੇ ਤੁਹਾਨੂੰ ਇੱਕ ਕਮਰਾ ਜਾਂ ਸ਼ੈਲਟਰ ਦੇ ਦਿੱਤਾ। ਤੁਸੀਂ ਹੁਣ ਇਹ ਜਿੱਦ ਪੜ੍ਹ ਲਈਏ ਕਿ ਮੈਨੂੰ ਤਾਂ ਡੋਰ ਤੋਂ ਬਾਹਰ ਜਾਣਾ ਹੀ ਨਹੀਂ, ਮੈਂ ਤਾਂ ਦੀਵਾਰ ਤੋੜ ਕੇ ਜਾਵਾਂਗਾ, ਅਤੇ ਤੁਸੀਂ ਕਿਸੇ ਦਾ ਅਨਕੰਡੀਸ਼ਨਲ ਪਿਆਰ ਕਈ ਵਾਰ ਨਹੀਂ ਵੀ ਐਕਸੈਪਟ ਕਰ ਸਕਦੇ, ਇਹ ਤਾਂ ਤੁਹਾਡੀ ਆਪਣੀ ਚੋਇਸ ਹੈ। ਅਤੇ ਇਸੇ ਤਰ੍ਹਾਂ ਪਰਮਾਤਮਾ ਹੈ, ਉਹਨੇ ਇੰਪੋਜ਼ ਨਹੀਂ ਕੀਤਾ ਪਿਆਰ, ਤੁਸੀਂ ਉਹਦਾ ਅਸੀਂ ਜਿਹੜੇ ਸਾਡੇ ਕਰਮ ਹੈ ਉਹ ਸ਼ੋਅ ਕਰਦੇ ਹਾਂ ਅਸੀਂ, ਅਤੇ ਅਸੀਂ ਉਹ ਕਰਨਾ ਹੀ ਨਹੀਂ ਜੋ ਸਾਨੂੰ ਕਰਨਾ ਚਾਹੀਦਾ ਸੀ। ਅਤੇ ਇਸ ਕਰਕੇ ਉਹ ਵਿਚਾਰ ਪਰਮਾਤਮਾ ਨੇ ਤਾਂ ਕੀ ਕਰਨੀ ਹੈ, ਸਾਡੇ ਆਪਣੇ ਹੀ ਹੈ। ਅਸੀਂ ਜਦੋਂ ਮੈਂ ਦੀਵਾਰ ਤੋੜ ਰਿਹਾ, ਆਪਣੇ ਨੂੰ ਥਕਾ ਰਿਹਾ, ਆਪਣੇ ਨੂੰ ਕਸ਼ਟ ਦੇ ਰਿਹਾ, ਪਰਮਾਤਮਾ ਨੂੰ ਕੀ ਲੈਣਾ ਦੇਣਾ? ਪਰਮਾਤਮਾ ਨੇ ਤਾਂ ਅਨਕੰਡੀਸ਼ਨਲੀ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਸੀ, ਉਹਨਾਂ 'ਚੋਂ ਮੈਂ ਜੋ ਚੁੱਕਣੀਆਂ ਸੀ ਚੁੱਕੀਆਂ, ਜੋ ਨਹੀਂ ਚੁੱਕਣੀਆਂ ਸੀ ਨਹੀਂ ਚੁੱਕੀਆਂ, ਅਤੇ ਮੈਂ ਭੋਗ ਰਿਹਾ, ਉਹਨੇ ਤਾਂ ਪਿਆਰ ਦੇ ਤੌਰ 'ਤੇ ਦੇ ਦਿੱਤਾ। ਚਲੋ ਇੱਕ ਇਗਜ਼ਾਮਪਲ ਅਸੀਂ ਹੋਰ ਲੈਂਦੇ ਹਾਂ।
ਤੁਹਾਨੂੰ ਪਿਆਸ ਲੱਗੀ ਔਰ ਤੁਹਾਨੂੰ ਕੋਈ ਮਨੁੱਖ ਕਹਿੰਦਾ ਕਿ ਚਲੋ ਮੈਨੂੰ ਨਾ ਝੀਲ ਤੱਕ ਦਾ ਰਸਤਾ ਪਤਾ, ਮੈਂ ਤੁਹਾਨੂੰ ਲੇਕ 'ਤੇ ਲੈ ਜਾਂਦਾ, ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ, ਅਤੇ ਤੁਸੀਂ ਕਹਿੰਦੇ ਹੋ ਕਿ ਚਲੋ ਤੁਸੀਂ ਉੱਧਰ ਨੂੰ ਚੱਲੋ ਪਰ ਮੈਂ ਇੱਧਰ ਨੂੰ ਜਾਵਾਂਗਾ, ਅਤੇ ਉਹ ਬੰਦੇ ਨੇ ਤਾਂ ਅਨਕੰਡੀਸ਼ਨਲ ਪਿਆਰ ਨਾਲ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਪਿਆਸ ਲੱਗੀ ਹੈ ਚਲੋ ਤੁਹਾਨੂੰ ਪਾਣੀ ਤੱਕ। ਅਤੇ ਕਈ ਵਾਰ ਪਿਆਰ ਇੰਪੋਜ਼ ਨਹੀਂ ਕੀਤਾ ਜਾਂਦਾ, ਸਾਡੇ ਕਰਮ ਦੱਸ ਦਿੰਦੇ ਕਿ ਮੈਂ ਤੇਰਾ ਪਿਆਰ ਲੈਣ ਨੂੰ ਹੀ ਤਿਆਰ ਨਹੀਂ ਹਾਂ, ਅਤੇ ਉਹ ਰਸਤਾ ਬੜਾ ਸਾਫ਼ ਸੀ। ਗੁਰੂ ਸਾਹਿਬ ਵੀ ਵਾਰ ਵਾਰ ਉਸੇ ਰਸਤੇ 'ਤੇ ਆਉਣ ਨੂੰ ਕਹਿ ਰਹੇ ਹਾਂ ਕਿ ਬੜਾ ਕਲੀਨ ਰਸਤਾ ਹੈ, ਅਨਕੰਡੀਸ਼ਨਲ ਪਿਆਰ ਹੈ, ਰਸਤਾ ਵੀ ਦੇ ਦਿੱਤਾ, ਤੁਸੀਂ ਪਰਮਾਤਮਾ ਵੀ ਬਣ ਸਕਦੇ ਹੋ, ਪਰ ਤੁਸੀਂ ਅਗਰ ਡਿਸਾਈਡ ਹੀ ਕਰ ਲਿਆ ਨਹੀਂ ਬਣਨਾ ਤਾਂ ਫਿਰ ਕੋਈ ਵੀ ਕੁਛ ਨਹੀਂ ਕਰ ਸਕਦਾ। ਅਤੇ ਇੱਥੇ ਆ ਕੇ ਗੁਰੂ ਸਾਹਿਬਾਨ ਦਾ ਵੀ ਇੱਕ ਫਰਮਾਨ ਹੈ, ਅਜੇ ਉਹ ਫਰਦਰ ਸਾਨੂੰ ਕਲੈਰਿਟੀ ਲੈ ਕੇ ਆਉਂਦਾ ਕਿ ਸਾਡੇ ਕਰਮਾਂ ਨਾਲ ਕਿੱਦਾਂ ਰਿਲੇਟ ਹੋ ਜਾਂਦਾ। ਉਹ ਹੈ ਕਿ ਪਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਫਰੀਦ ਦਾ ਫਾਰਮਰ ਪਲਾਂਟਸ ਐਸੇਸ਼ੀਆ ਟਰੀਜ਼ ਐਂਡ ਵਿਸ਼ਿਸ ਫਾਰ ਗਰੇਪਸ, ਹਾਓ ਕੈਨ ਵਨ ਹੂ ਹੈਜ਼ ਪੁੱਟ ਦਾ ਐਫਰਟਸ ਇਨ ਸਪਿਨਿੰਗ ਵੂਲ ਵਿਸ਼ਿਸ ਟੂ ਵੀਅਰ ਸਿਲਕ। ਅਤੇ ਦੇਖੋ ਇੱਥੇ ਫਰੀਦ ਜੀ ਬਿਲਕੁਲ ਕਲੀਅਰ ਕਰ ਰਹੇ ਹਨ ਕਿ ਜੋ ਕਿਸਾਨ ਕਿੱਕਰ ਦਾ ਬੀਜ ਬੋ ਰਿਹਾ ਹੈ ਅਤੇ ਉਹ ਦਾਲ ਬਿਜੋਰੀਆਂ ਦੀ ਗੱਲ ਕਰ ਰਿਹਾ, ਉਹ ਤਾਂ ਫਿਰ ਤੁਸੀਂ ਕਹੋ ਸਾਡੇ ਕਰਮਾਂ ਦਾ ਲੇਖਾ ਨਹੀਂ ਹੋਣਾ ਚਾਹੀਦਾ। ਅਗਰ ਉਹ ਕਰਮਾਂ ਦਾ ਲੇਖਾ ਨਹੀਂ ਹੋਏਗਾ ਤਾਂ ਹਰ ਇਨਸਾਨ ਇਹ ਕਹੇਗਾ ਕਿ ਮੈਂ ਜਿਸ ਵੀ ਚੀਜ਼ ਦਾ ਬੀਜ ਬੋਇਆ ਆਮ ਉਗਣਾ ਚਾਹੀਦਾ। ਇਹ ਤਾਂ ਇੱਕ ਲਿਮਿਟ ਹੋ ਗਈ ਨਾ, ਤੁਸੀਂ ਉਹਦਾ ਕੰਡੀਸ਼ਨਲ ਪਿਆਰ ਸੀ ਕਿ ਤੁਸੀਂ ਬੋ, ਜਿਸ ਚੀਜ਼ ਨੂੰ ਬੋ ਤੁਹਾਨੂੰ ਮਿਲੇਗੀ, ਪਰ ਤੁਸੀਂ ਕਹੇ ਨਹੀਂ, ਇਹ ਤਾਂ ਫਿਰ ਕੰਡੀਸ਼ਨ ਲਾਤੀ ਤੁਸੀਂ। ਅਸੀਂ ਉਹਨੂੰ ਕੰਡੀਸ਼ਨ ਨਹੀਂ ਕਹਿ ਰਹੇ, ਉਹਨੇ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਜਿੱਥੇ ਤੁਸੀਂ ਉਹਦਾ ਅਨਕੰਡੀਸ਼ਨਲ ਪਿਆਰ ਐਕਸੈਪਟ ਕਰ ਸਕਦੇ ਹੋ। ਔਰ ਇਹੀ ਨਹੀਂ ਹੈ, ਅਸੀਂ ਤਾਂ ਇੱਕ ਹੋਰ ਵੀ ਅੱਗੇ ਸਟੈਪ ਲੈ ਲਿਆ, ਅਸੀਂ ਤਾਂ ਇਹ ਵੀ ਡਿਸਾਈਡ ਕਰ ਲਿਆ ਕਿ ਅਸੀਂ ਬਿਲਕੁਲ ਪੁੱਠੀ ਡਾਇਰੈਕਸ਼ਨ 'ਚ ਜਾ ਕੇ ਦਿਖਾਵਾਂਗੇ। ਅਤੇ ਜਿੱਥੇ ਗੁਰੂ ਸਾਹਿਬ ਦਾ ਫਰਮਾਨ ਅੱਗੇ ਆਉਂਦਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕਹੋ ਆਪਣੀ ਕਹੇ ਆਪਣੋ ਨਹੀਂ ਪਾਇਆ, ਮੀਠੇ ਕੋ ਕੌੜਾ ਕਹੇ ਕੌੜੇ ਕੋ ਮੀਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲਮੇ ਡੀਠਾ। ਦਾ ਵਨ ਵਿਚ ਇਜ਼ ਕਮਿੰਗ ਇਜ਼ ਸੈਟ ਟੂ ਬੀ ਗੋਇੰਗ, ਦਾ ਵਨ ਦੈਟ ਹੈਜ਼ ਗੋਨ ਇਜ਼ ਸੈਟ ਟੂ ਬੀ ਕਮਿੰਗ, ਦੈਟ ਵਿਚ ਬਿਲੋਂਗਸ ਟੂ ਅਦਰਸ ਹੀ ਕਾਲਸ ਹਿਜ਼ ਓਨ, ਬਟ ਹੈਜ਼ ਨੋ ਲਾਈਕਿੰਗ ਫਾਰ ਦੈਟ ਵਿਚ ਬਿਲੋਂਗਸ ਟੂ ਹਿਮ, ਦੈਟ ਵਿਚ ਇਜ਼ ਸਵੀਟ ਇਜ਼ ਸੈਟ ਟੂ ਬੀ ਬਿਟਰ, and that which is bitter is said to be sweet, one who is imbued with the Lord's love is slandered, this is what is seen in dark age. Te kinna spasht guru sahib da itthe sanu said hai ki assi jadon decision hi le liya ki assi putthe passe chalna hai ta fir us conditional ya unconditional love da sawal kithe paida hunda hai. Bilkul theek hai bhai ji, jivein hun mainu vi thoda jivein sanu vi samajh aana shuru hoya jivein ki suraj sare nu roshni dinda hai, unconditional love de reha hai sare nu, correct, but assi apne darwaje band kar diye ya parde laga diye ode baad assi kahi ki roshni sade andar nahi aa rahi hai kar de hunda. Bahut soni example hai, jivein suraj nu unconditionally sab nu roshni den nu taiyar hai aur assi khidki band karke keh rahe hain hun kyon nahi aa rahi hai, aur agar khidki band karan to baad vi roshni andar aa rahi hai te fir oh imposed ho jayegi, fir assi like vi nahi karange ki eh sanu main te chahnda vi nahi hai, mainu zabardasti assi khichde hain, assi oda unconditional pyar vi lain nu agar nahi taiyar te fir oh sanu saadi apni avastha hai jide bare ki assi eh keh sakde hain ki sanu kisi vi halat de vichkar us theek marg te chalange te unconditional pyar de te full khille hoye ne pure raste collect karna saadi duty hai. ਅਤੇ ਵੀਰ ਜੀ, ਇਹ ਸਨ ਸਾਡੇ ਕੁਛ ਇੱਕ ਸਵਾਲ ਮਿਸਟਰੀਜ਼ ਦੇ ਨਾਲ ਰਿਲੇਟਡ ਜਿਨ੍ਹਾਂ ਨੂੰ ਅਸੀਂ ਅੱਜ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਤੁਹਾਡਾ ਕੋਈ ਹੋਰ ਕੁਐਸਚਨ ਹੈ ਮਿਸਟਰੀਜ਼ ਨਾਲ ਰਿਲੇਟਡ? ਨਹੀਂ ਵੀਰ ਜੀ, ਮੈਂ ਤਾਂ ਕਲੀਅਰ ਆ ਰਿਹਾ, ਦੈਟਸ ਵੈਰੀ ਗੁੱਡ, ਅਤੇ ਬਹੁਤ ਅੱਛਾ ਲੱਗਿਆ ਵੀਰ ਜੀ ਤੁਹਾਡੇ ਨਾਲ ਗੱਲ ਕਰਕੇ, ਅਤੇ ਅਸੀਂ ਇਸ ਸੈਸ਼ਨ ਨੂੰ ਹੁਣ ਕੰਕਲੂਡ ਕਰਨ ਲਈ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਸੀ ਅੱਜ ਦਾ ਸਾਡਾ ਡਿਸਕਸ਼ਨ, ਜਿਸਦਾ ਕਿ ਟੋਪਿਕ ਸੀ ਕਹਨ ਨਾ ਜਾਈ ਅਚਰਜ ਬਿਸਮਾਦ, ਜਿਹਦੇ ਵਿੱਚ ਕਿ ਅਸੀਂ ਡਿਸਕਸ ਕੀਤਾ ਪਰਮਾਤਮਾ ਨਾਲ ਜੁੜੀਆਂ ਹੋਈਆਂ ਮਿਸਟਰੀਜ਼ ਦੇ ਬਾਰੇ, ਉਹ ਮਿਸਟਰੀਜ਼ ਜੋ ਕਿ ਸਾਡੇ ਟਰੁੱਥਫੁੱਲ ਲਿਵਿੰਗ ਦੇ ਪਾਥ ਦੇ ਉੱਤੇ ਸਾਨੂੰ ਕਿੱਥੇ ਕਿੱਥੇ ਇੱਕ ਤਰ੍ਹਾਂ ਦਾ ਰੋਲਾ ਵੀ ਬਣ ਸਕਦੀਆਂ ਹਨ, ਅਤੇ ਜਦੋਂ ਸਾਨੂੰ ਕਲੈਰਿਟੀ ਹੋਏਗੀ ਤਾਂ ਅਸੀਂ ਉਸ ਪਾਥ 'ਤੇ ਥੋੜ੍ਹਾ ਜ਼ਿਆਦਾ ਆਰਾਮ ਨਾਲ ਮੂਵ ਕਰ ਸਕਦੇ ਹਾਂ। ਗੁਰੂ ਸਾਹਿਬਾਨ ਦੇ ਹਰ ਸਟੇਜ 'ਤੇ ਹਰ ਟਾਈਪ ਦੀ ਮਿਸਟਰੀ ਦੇ ਬਾਰੇ ਕੀ ਵਿਚਾਰ ਹੈ ਅਸੀਂ ਉਹ ਡਿਸਕਸ ਕੀਤੇ, ਔਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਤਨੀਆਂ ਕੁ ਮਿਸਟਰੀਜ਼ ਆਮ ਦੁਨਿਆਵੀ ਤੌਰ 'ਤੇ ਸਾਨੂੰ ਬੋਦਰ ਕਰਦੀਆਂ, ਉਹਨਾਂ ਮਿਸਟਰੀਜ਼ ਦਾ ਸਾਨੂੰ ਕਿਤੇ ਨਾ ਕਿਤੇ ਜਵਾਬ ਪਤਾ ਹੋਣਾ ਚਾਹੀਦਾ, ਔਰ ਗੁਰਬਾਣੀ ਦੀ ਸੇਧ ਵਿੱਚ ਸਾਨੂੰ ਕਿਸ ਰਾਹ 'ਤੇ ਜਾਣਾ ਹੈ ਇਹ ਵੀ ਪਤਾ ਹੋਣਾ ਚਾਹੀਦਾ। ਅਤੇ ਇਹ ਜੋ ਟੋਪਿਕ ਹੈ ਇਸ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ, ਇਨ ਕਨਕਲੂਜਨ ਗੁਰੂ ਸਾਹਿਬ ਦਾ ਫਰਮਾਨ ਹੈ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ,
ਵੀ ਆਰ ਵੰਡਰ ਸਟਰੱਕ ਐਟ ਦ ਵੰਡਰਸ ਵੰਡਰਸ ਆਫ ਦ ਲੋਰਡ ਓ ਨਾਨਕ ਹੀ ਅਲੋਨ ਨੋਜ਼ ਹਿਜ਼ ਸਟੇਟ। ਅਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਆਈ ਐਮ ਵੰਡਰ ਸਟਰੱਕ ਐਟ ਹਿਜ਼ ਮਿਸਟਰੀਜ਼। ਉਹ ਅਚੰਭੇ ਵਾਲੀ ਗੱਲ ਹੈ ਔਰ ਸਾਰਾ ਦਾ ਸਾਰਾ ਅਚੰਭਾ ਸਿਰਫ ਪਰਮਾਤਮਾ ਆਪ ਹੀ ਸਮਝ ਰਿਹਾ, ਉਨ ਸਾਰੇ ਰਹੱਸਿਆਂ ਨੂੰ ਕੋਈ ਦੂਸਰੇ ਨੂੰ ਨਹੀਂ ਦੱਸ ਸਕਦਾ। ਸਿਰਫ ਉਹ ਜੋ ਇਸ ਟਰੁੱਥਫੁੱਲ ਲਿਵਿੰਗ ਦੇ ਮਾਰਗ 'ਤੇ ਚੱਲਦੇ ਹਨ ਉਹ ਆਪਣੇ ਆਪ ਕੁਛ ਨਾ ਕੁਛ ਮਿਸਟਰੀਜ਼ ਖੋਲ੍ਹਦੇ ਚਲੇ ਜਾਂਦੇ ਹਨ। ਔਰ ਜਦੋਂ ਅਸੀਂ ਕਹਿੰਦੇ ਹਾਂ ਵੰਡਰ ਸਟਰੱਕ ਦੀ, ਇੱਥੇ ਇਨਸਾਨ ਦੇ ਮੂੰਹ ਵਿੱਚੋਂ ਉਹ ਵਾਹ ਨਿਕਲ ਜਾਣਾ ਚਾਹੀਦਾ ਜਿਹਨੂੰ ਅਸੀਂ ਵਾਹਿਗੁਰੂ ਵੀ ਕਹਿੰਦੇ ਹਾਂ ਜਦੋਂ ਵੀ ਕਦੀ ਉਸਦੀ ਮਿਸਟਰੀ ਦੀ ਗੱਲ ਹੁੰਦੀ ਹੈ। ਅਤੇ ਇਹ ਸੀ ਸਾਡਾ ਅੱਜ ਦਾ ਟੋਪਿਕ ਔਰ ਇਹਦੇ ਨਾਲ ਹੀ ਅਸੀਂ ਹੁਣ ਕੰਕਲੂਡ ਕਰਦੇ ਹਾਂ ਲਾਈਫ ਮੋਡਿਊਲ 8। ਅਤੇ ਅਗਲਾ ਜੋ ਸਾਡਾ ਮੋਡਿਊਲ ਹੈ ਉਹ ਹੈ ਜਦੋਂ ਅਸੀਂ ਟਰੁੱਥਫੁੱਲ ਲਿਵਿੰਗ ਦੇ ਮਾਰਗ 'ਤੇ ਚੱਲਦੇ ਹਾਂ ਤਾਂ ਇਨਸਾਨ ਕਿੱਥੇ ਨਾ ਕਿੱਥੇ ਭਰਮ ਭੁਲਾਵਿਆਂ 'ਚ ਫਿਰ ਵੀ ਪੈ ਜਾਂਦਾ ਹੈ। ਅਤੇ ਉਹ ਕਿਹੜੇ ਕਿਹੜੇ ਭਰਮ ਭੁਲਾਵੇ ਹਨ ਜਿਨ੍ਹਾਂ ਨੂੰ ਅਸੀਂ ਅਵੋਇਡ ਕਰਕੇ ਚੱਲਣਾ ਹੈ? ਅਤੇ ਸਾਡਾ ਟੋਪਿਕ ਰਹੇਗਾ ਭਰਮੇ ਭੂਲਾ ਦੈ ਦਿਸਤਾਵੇ ਡਿਲਿਊਡਿਡ ਬਾਏ ਡਾਊਟਸ ਵਨ ਮੇ ਵਾਂਡਰ ਅਰਾਊਂਡ ਇਨ 10 ਡਿਫਰੈਂਟ ਡਾਇਰੈਕਸ਼ਨਸ। ਅਤੇ ਅਸੀਂ ਇਹ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਮਾਰਗ ਦੇ ਭਰਮ ਭੁਲਾਵੇ ਹੈ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ। ਅਤੇ ਸਾਨੂੰ ਤੁਹਾਡੇ ਕੁਐਸਚਨਸ ਦਾ ਵੀ ਇੰਤਜ਼ਾਰ ਰਹੇਗਾ। ਅਗਲੇ ਮੋਡਿਊਲ ਤੱਕ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਥਰ ਤਲੀ ਗਲੀ ਮੇਰੀ ਆਵ